ਪਹਾੜਾਂ ਦੇ ਵਿੱਚ ਜਿੱਥੇ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੁਣ ਇੱਕ ਵੱਡੀ ਖਬਰ ਕੇਦਾਰਨਾਥ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਹਾੜਾਂ ਤੋਂ ਮਲਬਾ ਡਿੱਗਿਆ ਅਤੇ 3 ਵਿਅਕਤੀਆਂ ਦੀ ਮਲਬੇ ਹੇਠ ਦਬਣ ਦੇ ਕਾਰਨ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਸਵੇਰੇ 7:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਦੋਂ ਕੁਝ ਸ਼ਰਧਾਲੂ ਪੈਦਲ ਮਾਰਗ ਦੇ ਰਾਹੀਂ ਜਾ ਰਹੇ ਸੀ ਤਾਂ ਅਚਾਨਕ ਹੀ ਪਹਾੜੀ ਦੇ ਉੱਤੋਂ ਮਲਬਾ ਡਿੱਗਣ ਲੱਗਦਾ, ਬੜੇ ਬੜੇ ਪੱਥਰ ਗਿਰਨ ਲੱਗਦੇ ਨੇ ਜਿਸ ਦੇ ਹੇਠਾਂ ਆਉਣ ਦੇ ਕਾਰਨ ਕਿਹਾ ਜਾ ਰਿਹਾ ਕਿ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦਕਿ ਕਈ ਸ਼ਰਧਾਲੂ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਲਗਾਤਾਰ ਕੇਦਾਰਨਾਥ ਬਦਰੀਨਾਥ ਚਾਰੋ ਧਾਮ ਦੀ ਯਾਤਰਾ ਚੱਲ ਰਹੀ ਹੈ ਅਤੇ ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਕੇਦਾਰਨਾਥ ਜਾ ਰਹੇ 3 ਸ਼ਰਧਾਲੂ ਜਦੋਂ ਜਾ ਰਹੇ ਸੀ ਤਾਂ ਅਚਾਨਕ ਹੀ ਪਹਾੜੀ ਦੇ ਉੱਤੋਂ ਦੀ ਮਲਬਾ ਡਿੱਗਣ ਲੱਗਦਾ ਹੈ, ਬੜੇ ਬੜੇ ਪੱਥਰ ਗਿਰਦੇ ਹੈ ਜਿਸ ਦੇ ਹੇਠਾਂ ਦਬਣ ਦੇ ਕਾਰਨ 3 ਸ਼ਰਧਾਲੂਆਂ ਦੀ ਮੌਤ ਜਦਕਿ ਕਈ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਬੇਹੱਦ ਖੌਫਨਾਕ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਪੱਥਰਾਂ ਦੇ ਹੇਠਾਂ ਜੋ ਨੇ ਕਈ ਲਾਸ਼ਾਂ ਦੱਬੀਆਂ ਹੋਈਆਂ, ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਦੱਸ ਦਈਏ ਕਿ ਫਿਲਹਾਲ ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਅਤੇ 3 ਵਿਅਕਤੀਆਂ ਦੀ ਹੁਣ ਤੱਕ ਮੌਤ ਦਾ ਸਮਾਚਾਰ ਮਿਲਿਆ। ਦੱਸ ਦਈਏ ਕਿ ਕਈ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ। ਦੱਸ ਦਈਏ ਕਿ ਲਗਾਤਾਰ ਚਾਰੋ ਧਾਮ ਦੀ ਯਾਤਰਾ ਚੱਲ ਰਹੀ ਹੈ, ਖਰਾਬ ਮੌਸਮ ਹੋ ਰਿਹਾ, ਉਸ ਦੇ ਵਿਚਕਾਰ ਯਾਤਰਾ ਨੂੰ ਰੋਕ ਵੀ ਦਿੱਤਾ ਜਾ ਰਿਹਾ, ਪਰ ਹੁਣ ਜਦੋਂ ਮੌਸਮ ਖੁੱਲ੍ਹਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਤੋਂ ਯਾਤਰਾ ਸ਼ੁਰੂ ਕਰ ਦਿੱਤੀ ਗਈ ਅਤੇ ਰਾਹ ਦੇ ਵਿੱਚ ਜਦੋਂ ਪੈਦਲ ਇਹ ਸ਼ਰਧਾਲੂ ਜਾ ਰਹੇ ਸੀ ਤਾਂ ਉੱਪਰੋਂ ਤੀ ਬੜੇ ਬੜੇ ਪੱਥਰ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਹੇਠਾਂ ਦਬਣ ਦੇ ਕਾਰਨ 3 ਦੀ ਮੌਤ ਜਦਕਿ ਕਈ ਜ਼ਖਮੀ ਹੋਏ ਨੇ। ਫਿਲਹਾਲ ਮੌਕੇ ਦੇ ਉੱਤੇ ਪਹਿਲਾਂ ਸਥਾਨਕ ਲੋਕਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਫਿਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਫਿਰ DDRF ਦੀ ਟੀਮ ਜੋ ਹੈ ਉੱਥੇ ਮੌਕੇ ਦੇ ਉੱਤੇ ਭੇਜੀ ਗਈ ਅਤੇ ਹੁਣ ਉਹਨਾਂ ਦੇ ਵੱਲੋਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪੈਦਲ ਮਾਰਗ ਹੈ ਉੱਥੇ ਵੱਡੇ ਵੱਡੇ ਪੱਥਰ ਗਿਰੇ ਸਾਫ਼ ਦਿਖਾਈ ਦੇ ਰਹੇ ਨੇ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ 3 ਲੋਕਾਂ ਦੀ ਜਾਨ ਚਲੀ ਗਈ ਹੈ। ਪਹਾੜਾਂ ਦੇ ਵਿੱਚ ਜਿੱਥੇ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੁਣ ਇੱਕ ਵੱਡੀ ਖਬਰ ਕੇਦਾਰਨਾਥ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਹਾੜਾਂ ਤੋਂ ਮਲਬਾ ਡਿੱਗਿਆ ਅਤੇ 3 ਵਿਅਕਤੀਆਂ ਦੀ ਮਲਬੇ ਹੇਠ ਦਬਣ ਦੇ ਕਾਰਨ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਸਵੇਰੇ 7:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਦੋਂ ਕੁਝ ਸ਼ਰਧਾਲੂ ਪੈਦਲ ਮਾਰਗ ਦੇ ਰਾਹੀਂ ਜਾ ਰਹੇ ਸੀ ਤਾਂ ਅਚਾਨਕ ਹੀ ਪਹਾੜੀ ਦੇ ਉੱਤੋਂ ਮਲਬਾ ਡਿੱਗਣ ਲੱਗਦਾ, ਬੜੇ ਬੜੇ ਪੱਥਰ ਗਿਰਨ ਲੱਗਦੇ ਨੇ ਜਿਸ ਦੇ ਹੇਠਾਂ ਆਉਣ ਦੇ ਕਾਰਨ ਕਿਹਾ ਜਾ ਰਿਹਾ ਕਿ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦਕਿ ਕਈ ਸ਼ਰਧਾਲੂ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਲਗਾਤਾਰ ਕੇਦਾਰਨਾਥ ਬਦਰੀਨਾਥ ਚਾਰੋ ਧਾਮ ਦੀ ਯਾਤਰਾ ਚੱਲ ਰਹੀ ਹੈ ਅਤੇ ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਕੇਦਾਰਨਾਥ ਜਾ ਰਹੇ 3 ਸ਼ਰਧਾਲੂ ਜਦੋਂ ਜਾ ਰਹੇ ਸੀ ਤਾਂ ਅਚਾਨਕ ਹੀ ਪਹਾੜੀ ਦੇ ਉੱਤੋਂ ਦੀ ਮਲਬਾ ਡਿੱਗਣ ਲੱਗਦਾ ਹੈ, ਬੜੇ ਬੜੇ ਪੱਥਰ ਗਿਰਦੇ ਹੈ ਜਿਸ ਦੇ ਹੇਠਾਂ ਦਬਣ ਦੇ ਕਾਰਨ 3 ਸ਼ਰਧਾਲੂਆਂ ਦੀ ਮੌਤ ਜਦਕਿ ਕਈ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਬੇਹੱਦ ਖੌਫਨਾਕ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਪੱਥਰਾਂ ਦੇ ਹੇਠਾਂ ਜੋ ਨੇ ਕਈ ਲਾਸ਼ਾਂ ਦੱਬੀਆਂ ਹੋਈਆਂ, ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਦੱਸ ਦਈਏ ਕਿ ਫਿਲਹਾਲ ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਅਤੇ 3 ਵਿਅਕਤੀਆਂ ਦੀ ਹੁਣ ਤੱਕ ਮੌਤ ਦਾ ਸਮਾਚਾਰ ਮਿਲਿਆ। ਦੱਸ ਦਈਏ ਕਿ ਕਈ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ। ਦੱਸ ਦਈਏ ਕਿ ਲਗਾਤਾਰ ਚਾਰੋ ਧਾਮ ਦੀ ਯਾਤਰਾ ਚੱਲ ਰਹੀ ਹੈ, ਖਰਾਬ ਮੌਸਮ ਹੋ ਰਿਹਾ, ਉਸ ਦੇ ਵਿਚਕਾਰ ਯਾਤਰਾ ਨੂੰ ਰੋਕ ਵੀ ਦਿੱਤਾ ਜਾ ਰਿਹਾ, ਪਰ ਹੁਣ ਜਦੋਂ ਮੌਸਮ ਖੁੱਲ੍ਹਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ
ਫਿਰ ਤੋਂ ਯਾਤਰਾ ਸ਼ੁਰੂ ਕਰ ਦਿੱਤੀ ਗਈ ਤੇ ਰਾਹ ਦੇ ਵਿੱਚ ਜਦੋਂ ਪੈਦਲ ਇਹ ਸ਼ਰਧਾਲੂ ਜਾ ਰਹੇ ਸੀ ਤਾਂ ਉੱਪਰੋਂ ਤੀ ਬੜੇ ਬੜੇ ਪੱਥਰ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਹੇਠਾਂ ਦਬਣ ਦੇ ਕਾਰਨ ਤਿੰਨ ਦੀ ਮੌਤ ਜਦਕਿ ਕਈ ਜ਼ਖਮੀ ਹੋਏ ਨੇ। ਫਿਲਹਾਲ ਮੌਕੇ ਦੇ ਉੱਤੇ ਪਹਿਲਾਂ ਸਥਾਨਕ ਲੋਕਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਫਿਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਫਿਰ DDRF ਦੀ ਟੀਮ ਜੋ ਹੈ ਉੱਥੇ ਮੌਕੇ ਦੇ ਉੱਤੇ ਭੇਜੀ ਗਈ ਤੇ ਹੁਣ ਉਹਨਾਂ ਦੇ ਵੱਲੋਂ ਇਹ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪੈਦਲ ਮਾਰਗ ਹੈ ਉੱਥੇ ਵੱਡੇ ਵੱਡੇ ਪੱਥਰ ਗਿਰੇ ਸਾਫ਼ ਦਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ 3 ਲੋਕਾਂ ਦੀ ਜਾਨ ਚਲੀ ਗਈ ਹੈ।